ਪਹਿਲਾਂ ਦੱਸੇ ਅਨੁਸਾਰ 5 ਅਪ੍ਰੈਲ 2020 ਨੂੰ ਕਾਫੀ ਇਲਾਕੇ ਦੇ ਵਿੱਚ ਵਰਖਾ ਹੋਈ ਹੈ, ਗੜੇਮਾਰੀ ਹੋਈ ਹੈ, ਤੇਜ਼ ਹਨੇਰੀ ਚੱਲੀ ਹੈ ਅਤੇ ਅੱਜ ਰਾਤ ਮਤਲਬ ਕਿ 6 ਅਪ੍ਰੈਲ 2020 ਦੀ ਰਾਤ ਨੂੰ ਵੀ ਕਾਰਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਕਿ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜਿਹੜਾ ਕਿ ਕੱਲ੍ਹ ਨੂੰ ਯਾਨੀ ਕਿ 7 ਅਪ੍ਰੈਲ 2020 ਨੂੰ ਪੁਰਾਣੇ ਚੱਲ ਰਹੇ ਵੈਸਟਰਨ ਡਿਸਟਰਬੈਂਸ ਦੇ ਵਿੱਚ ਸ਼ਾਮਲ ਹੋ ਰਿਹਾ ਹੈ, ਜਿਹਦੇ ਕਰਕੇ 9 ਅਪ੍ਰੈਲ 2020 ਤੱਕ ਪੂਰੇ ਉੱਤਰ ਪੱਛਮ ਭਾਰਤ ਦੇ ਵਿੱਚ ਵਰਖਾ ਹੋਣ ਦੇ ਆਸਾਰ ਬਣੇ ਰਹਿਣਗੇ ਅਤੇ ਇਸ ਤੋਂ ਬਾਅਦ ਦੇ ਵਿੱਚ ਇੱਕ ਡਿਸਟਰਬੈਂਸ ਹੋਰ ਆ ਰਿਹਾ ਜਿਹੜਾ ਕਿ ਇਹਦੇ ਬਿਲਕੁਲ ਨਾਲ ਲੱਗਦਾ ਹੀ ਪਿੱਛੇ ਹੀ ਆ ਰਿਹਾ। 9 ਜਾਂ 10 ਅਪ੍ਰੈਲ 2020 ਨੂੰ ਹਿਮਾਲੀਅਨ ਰੀਜਨ ਨੂੰ ਪ੍ਰਭਾਵਿਤ ਕਰੇਗਾ, ਇਹ ਸਾਫ਼ ਸਾਫ਼ ਇੱਥੇ ਲਿਖਿਆ। ਤਾਂ ਹੁਣ ਅੱਜ ਕੀ ਰਹਿਣ ਵਾਲਾ ਜੇਕਰ ਆਪਾਂ ਇਹ ਦੇਖੀਏ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹ ਜਿਹੜਾ ਵੈਸਟਰਨ ਡਿਸਟਰਬੈਂਸ ਹੈਗਾ ਹੈ ਇਹਦੇ ਵਿੱਚ ਹੇਲ ਸਟੋਰਮ ਮਤਲਬ ਕਿ ਗੜੇ, ਬਿਜਲੀ ਚਮਕਣਾ, 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੀ ਹਵਾ, ਹਨੇਰੀ ਨਾਲ ਹਨੇਰੀ ਵੀ ਅਤੇ ਵਰਖਾ, ਇੱਕਾ ਦੁੱਕਾ ਥਾਵਾਂ 'ਤੇ ਭਾਰੀ ਵਰਖਾ ਹੋਣ ਦੇ ਵੀ ਆਸਾਰ ਹੈ। ਜੇਕਰ ਪਹਿਲਾਂ ਆਪਾਂ ਦੇਖੀਏ ਨੈੱਟ ਸ਼ੈਲ ਦੇ ਵਿੱਚ ਤਾਂ ਨੈੱਟ ਸ਼ੈਲ ਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਵਿੱਚ 6 ਤਰੀਕ ਦੀ ਰਾਤ ਨੂੰ ਵਰਖਾ ਸ਼ੁਰੂ ਹੋ ਸਕਦੀ ਹੈ, 7 ਨੂੰ ਜਿਹੜਾ ਹੈਗਾ 75% ਏਰੀਆ ਵਰਖਾ ਕਵਰ ਕਰੇਗੀ, ਪਹਿਲਾਂ ਕਿਹਾ ਗਿਆ ਸੀਗਾ ਕਿ 50% ਏਰੀਆ ਕਵਰ ਕਰੇਗੀ, ਹੁਣ ਇਹ ਵੱਧ ਗਿਆ। 8 ਅਤੇ 9 ਅਪ੍ਰੈਲ 2020 ਨੂੰ ਵੀ 25% ਏਰੀਆ ਕਵਰ ਕਰੇਗੀ। ਹਰਿਆਣਾ ਦੇ ਵਿੱਚ 8-9 ਨੂੰ 25%, ਲੇਕਿਨ 7 ਅਪ੍ਰੈਲ 2020 ਨੂੰ 50% ਹਿੱਸੇ 'ਚ ਵਰਖਾ ਹੋਏਗੀ। ਉੱਤਰਾਖੰਡ ਦੇ ਵੀ 50% ਹਿੱਸੇ 'ਚ ਵਰਖਾ ਹੋ ਸਕਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 7 ਅਤੇ 8 ਅਪ੍ਰੈਲ 2020 ਨੂੰ ਵਰਖਾ ਹੋਣ ਦੀ ਸੰਭਾਵਨਾ ਹੈ। ਪੱਛਮੀ ਰਾਜਸਥਾਨ ਦੇ ਵਿੱਚ ਵੀ ਇਹ ਜਿਹੜੀ ਵਰਖਾ ਹੈਗੀ ਹੈ ਇਹ ਚੱਲ ਸਕਦੀ ਹੈ। 9 ਤਰੀਕ ਤੱਕ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ, ਧੂੜ ਭਰੀ ਹਨੇਰੀ ਆ ਸਕਦੀ ਹੈ ਅਤੇ ਬਕਾਇਦਾ ਇਹਦੇ ਵਾਸਤੇ ਵਾਰਨਿੰਗ ਵੀ ਜਾਰੀ ਹੋਈ ਹੈ ਜਿਹੜੀ ਕਿ ਔਰੇਂਜ ਕਲਰ ਦੀ ਵਾਰਨਿੰਗ ਹੈਗੀ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰਾਂਗੇ, ਜਿਸ ਤਰ੍ਹਾਂ ਕਿ ਕੇਂਦਰ ਸ਼ਾਸਿਤ ਚੰਡੀਗੜ੍ਹ, ਪਠਾਨਕੋਟ, ਜਾਂ ਇਹ ਕਹਿ ਲਈਏ ਕਿ ਸਾਰੇ ਹੀ ਪੰਜਾਬ ਦੇ ਵਿੱਚ 2.5 ਤੋਂ 15.5 ਮਿਲੀਮੀਟਰ ਵਰਖਾ ਹੋਣ ਦੀ ਸੰਭਾਵਨਾ ਹੈ। ਪਰੰਤੂ ਕੁਝ ਜ਼ਿਲ੍ਹੇ ਹੈ ਜਿੱਥੇ 7 ਤਰੀਕ ਨੂੰ ਵਰਖਾ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ, ਜਿਵੇਂ SAS ਨਗਰ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ। 15.6 ਤੋਂ 64.4 ਮਿਲੀਮੀਟਰ ਤੱਕ ਵਰਖਾ 7 ਅਪ੍ਰੈਲ 2020 ਨੂੰ ਹੋ ਸਕਦੀ ਹੈ। 8 ਅਪ੍ਰੈਲ ਨੂੰ ਹਲਕੀ ਫੁਲਕੀ ਵਰਖਾ ਚੰਡੀਗੜ੍ਹ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ। 9 ਅਪ੍ਰੈਲ 2020 ਨੂੰ ਚੰਡੀਗੜ੍ਹ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਕਪੂਰਥਲਾ, ਜਲੰਧਰ, ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਨਾਲ ਨਾਲ ਫਤਿਹਗੜ੍ਹ ਸਾਹਿਬ, ਪਟਿਆਲਾ, SAS ਨਗਰ ਦੇ ਵਿੱਚ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ। ਇਸ ਵਰਖਾ ਦੇ ਵਿੱਚ ਤੇਜ਼ ਹਵਾ ਵੀ ਹੈ, ਗੜੇ ਪੈਣ ਦੀ ਸੰਭਾਵਨਾ ਵੀ ਹੈਗੀ ਹੈ, ਬਿਜਲੀ ਲਿਸ਼ਕਣ ਦੀ ਸੰਭਾਵਨਾ ਵੀ ਹੈਗੀ ਹੈ। 9 ਤਰੀਕ ਨੂੰ ਇੱਕ ਵਾਰ ਮੌਸਮ ਖੁਸ਼ਕ ਹੋਏਗਾ ਜਿਹੜਾ ਕਿ ਅਗਲੇ ਡਿਸਟਰਬੈਂਸ ਦੇ ਨਾਲ ਫਿਰ ਪ੍ਰਭਾਵਿਤ ਹੋਏਗਾ, ਜਿਹਦੀ ਕਿ ਅਗਾਂਹ ਜਾਣਕਾਰੀ ਦੇ ਦਿੱਤੀ ਜਾਊਗੀ। ਜੇਕਰ ਵੈਦਰ ਵਾਰਨਿੰਗ ਦੀ ਗੱਲ ਕਰੀਏ ਤਾਂ ਲਗਭਗ ਪੂਰੇ ਹੀ ਪੰਜਾਬ ਦੇ ਵਿੱਚ ਔਰੇਂਜ ਕਲਰ ਦੀ ਵਾਰਨਿੰਗ ਹੈ। ਹੁਣ ਜਿਹਦੇ ਵਿੱਚ ਸਾਫ਼ ਸਾਫ਼ ਲਿਖਿਆ ਕਿ ਪੂਰੇ ਹੀ ਪੰਜਾਬ ਦੇ ਵਿੱਚ ਥੰਡਰ ਸਟੋਰਮ ਹੈ, ਹੇਲ ਜਾਂ ਹੇਲ ਸਟੋਰਮ ਮਤਲਬ ਕਿ ਗੜੇ, ਬਿਜਲੀ ਲਿਸ਼ਕਣਾ ਅਤੇ ਹਵਾ ਦੇ ਬੁੱਲੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ, ਇਹ ਲਗਭਗ ਪੂਰੇ ਹੀ ਪੰਜਾਬ ਦੇ ਵਿੱਚ ਔਰੇਂਜ ਕਲਰ ਦੀ ਵਾਰਨਿੰਗ ਹੈ ਜਿਹੜੀ ਬਦਲਦੀ ਨਹੀਂ ਹੁੰਦੀ। ਕਿੰਨੀ ਤਰੀਕ ਲਈ? 7 ਅਪ੍ਰੈਲ 2020 ਲਈ, ਕੇਵਲ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ SAS ਨਗਰ ਨੂੰ ਛੱਡ ਕੇ, ਕਿਉਂਕਿ ਇੱਥੇ ਇਹ ਵਾਰਨਿੰਗ ਜਿਹੜੀ ਹੈ ਇਹ ਯੈਲੋ ਕਲਰ ਦੀ ਹੈ ਜਿਹੜੀ ਬਦਲ ਸਕਦੀ ਹੈ। ਤਾਂ ਇਸ ਤੋਂ ਅੱਗੇ ਜੇਕਰ ਗੱਲ ਕਰੀਏ, ਤੁਸੀਂ ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਨਾਲ ਮੌਸਮ ਦੇਖ ਰਹੇ ਹੋ, ਹਰਿਆਣਾ ਦੇ ਵਿੱਚ ਹਲਕੀ ਵਰਖਾ ਲਗਭਗ ਸਾਰੇ ਹੀ ਹਰਿਆਣੇ ਦੇ ਵਿੱਚ ਹੈ, 2.5 ਤੋਂ 15.5 ਮਿਲੀਮੀਟਰ ਤੱਕ। ਪਰੰਤੂ ਕੁਝ ਜ਼ਿਲ੍ਹੇ ਹੈਗੇ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਵਰਖਾ 15.6 ਤੋਂ 64 ਮਿਲੀਮੀਟਰ ਜਾ ਸਕਦੀ ਹੈ, ਯਮੁਨਾਨਗਰ, ਅੰਬਾਲਾ, ਪੰਚਕੂਲਾ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ। 8 ਅਪ੍ਰੈਲ 2020 ਨੂੰ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ ਦੇ ਵਿੱਚ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ। 9 ਅਪ੍ਰੈਲ ਨੂੰ ਪਾਣੀਪਤ, ਸੋਨੀਪਤ,
ਫਤਿਹਾਬਾਦ, ਸਿਰਸਾ, ਕਰਨਾਲ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ, ਅੰਬਾਲਾ, ਪੰਚਕੂਲਾ ਦੇ ਵਿੱਚ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ। 9 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 10 ਤੋਂ ਬਾਅਦ ਦੇ ਵਿੱਚ ਫਿਰ ਕਾਰਵਾਈਆਂ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਆਪਾਂ 7 ਅਪ੍ਰੈਲ ਦੇ ਲਈ ਜਿਹੜੀ ਵਾਰਨਿੰਗ ਹੈਗੀ ਹੈ, ਕੈਥਲ ਦੇ ਵਿੱਚ, ਕੈਥਲ ਦੇ ਨਾਲ ਮਹਿੰਦਰਗੜ੍ਹ, ਰਵਾਰੀ, ਝੱਜਰ, ਗੁਰੂਗ੍ਰਾਮ, ਮਵਾਤ, ਪਲਵਲ, ਫਰੀਦਾਬਾਦ, ਰੋਹਤਕ, ਇਹਨਾਂ ਜ਼ਿਲ੍ਹਿਆਂ ਦੇ ਨਾਲ ਨਾਲ ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਵਾਨੀ, ਚਰਖੀ ਦਾਦਰੀ ਜ਼ਿਲ੍ਹਿਆਂ ਦੇ ਵਿੱਚ ਵਾਰਨਿੰਗ ਔਰੇਂਜ ਕਲਰ ਦੀ ਹੈ, ਜਿਹਦੇ ਵਿੱਚ ਗੜੇ, 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੀ ਹਵਾ ਅਤੇ ਬਿਜਲੀ ਲਿਸ਼ਕਣਾ ਹੈ। ਬਾਕੀ ਹਰਿਆਣਾ ਦੇ ਵਿੱਚ ਯੈਲੋ ਕਲਰ ਦੀ ਵਾਰਨਿੰਗ ਹੈ, ਜਿਹੜੀ ਕਿ ਬਦਲ ਸਕਦੀ ਹੈ। ਤਾਂ ਇਹ 7 ਅਪ੍ਰੈਲ ਦੀ ਸੀਗੀ। ਰਾਜਸਥਾਨ ਦੇ ਵਿੱਚ ਧੂੜ ਭਰੀ ਹਨੇਰੀ ਆ ਸਕਦੀ ਹੈ। ਗੰਗਾਨਗਰ, ਹਨੂੰਮਾਨਗੜ੍ਹ ਦੇ ਵਿੱਚ 7 ਅਤੇ 8 ਨੂੰ ਕੁਝ ਥਾਵਾਂ 'ਤੇ ਹਲਕੀ ਹੁਲਕੀ ਵਰਖਾ ਹੋ ਸਕਦੀ ਹੈ ਅਤੇ ਦੁਬਾਰਾ ਤੋਂ ਬੱਦਲਵਾਈ ਇੱਥੇ ਛਾਵੇਗੀ, ਲੇਕਿਨ ਉਮੀਦ ਕੀਤੀ ਜਾਂਦੀ ਹੈ ਕਿ ਇਸ ਤੋਂ ਬਾਅਦ 9 ਤੋਂ ਬਾਅਦ ਦੇ ਵਿੱਚ ਮੌਸਮ ਜਿਹੜਾ ਹੈਗਾ ਖੁਸ਼ਕ ਹੋਣ ਦੀ ਸੰਭਾਵਨਾ ਹੈ। ਜ਼ਿਆਦਾ ਵਰਖਾ ਨਹੀਂ ਹੋਏਗੀ, ਹਲਕੀ ਹੁਲਕੀ ਵਰਖਾ ਦੀ ਸੰਭਾਵਨਾ ਹੈ। ਜੇਕਰ ਇਸ ਇੱਥੇ ਦੇਖੀਏ ਤਾਂ ਕਿਸੇ ਕਿਸਮ ਦੀ ਰੇਨ ਦੀ ਸੰਭਾਵਨਾ ਨਹੀਂ ਦਿਖਾਈ ਇਹਨਾਂ ਨੇ, ਪਰੰਤੂ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਹਲਕੀ ਫੁਲਕੀ ਵਰਖਾ ਹੈ, ਕਿਉਂਕਿ 7-8 ਨੂੰ ਇੱਥੇ ਥੰਡਰ ਸਟੋਰਮ ਦੇ ਨਾਲ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਜਿਤਾਈ ਗਈ ਹੈ। ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ। ਤਾਂ ਇਹ ਸੀਗਾ ਮੌਸਮ। ਅਗਲਾ ਪੱਛਮੀ ਡਿਸਟਰਬੈਂਸ ਜਦੋਂ ਆਏਗਾ ਉਹਦੀ ਡਿਟੇਲ ਤੁਹਾਨੂੰ ਉਸ ਸਮੇਂ ਦੇ ਦਿੱਤੀ ਜਾਵੇਗੀ, ਜਿਹੜਾ ਕਿ 9 ਜਾਂ 10 ਅਪ੍ਰੈਲ 2020 ਨੂੰ ਆਵੇਗਾ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।